ਪ੍ਰੋਫੈਸਰ ਗੁਰਦਿਆਲ ਸਿੰਘ ਦੇ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਤੇ ਸ਼ਾਇਦ ਹੀ ਕੋਈ ਸਾਹਿਤਕਾਰ ਉਹਨਾਂ ਦੀ ਥਾਂ ਲੈ ਸਕੇ। ਇਹ ਕਹਿਣਾ ਸੀ ਹਰ ਉਸ ਸ਼ਖਸ ਦਾ ਤੇ ਹਰ ਉਸ ਹਸਤੀ ਦਾ ਜਿਸ ਨੇ ਪ੍ਰੋਫੈਸਰ ਸਾਹਿਬ ਦੇ ਨਾਵਲਾਂ ਤੇ ਲਿਖਤਾਂ ਨੂੰ ਪੜਿਆ ਤੇ ਸੁਣਿਆ। ਜੈਤੋ ਸ਼ਹਿਰ ਦੇ ਜੰਪਲ ਤੇ ਸਧਾਰਨ ਜਿਹੇ ਮਿਸਤਰੀ ਪਰਿਵਾਰ ਦੇ ਵਿੱਚ ਉੱਠ ਕੇ ਸਾਹਿਤ ਦੀ ਦੁਨੀਆ ਦੇ ਵਿੱਚ ਆਪਣੀ ਨਵੇਕਲੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਮਾਂ ਬੋਲੀ ਦੇ ਲਾਇਕ ਸਪੁੱਤਰ ਪ੍ਰੋਫੈਸਰ ਗੁਰਦਿਆਲ ਸਿੰਘ, ਜੋ ਬੀਤੇ ਦਿਨੀ ਬਿਮਾਰੀ ਦੇ ਚੱਲਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਨ, ਦਾ ਅੰਤਮ ਸੰਸਕਾਰ ਅੱਜ ਉਹਨਾਂ ਦੀ ਜਨਮ ਭੂਮੀ ਜੈਤੋ ਦੇ ਰਾਮਬਾਗ ਦੇ ਵਿੱਚ ਕੀਤਾ ਗਿਆ। ਦੱਬੇ ਕੁਚਲੇ ਤੇ ਗਿਰਤੀ ਲੋਕਾਂ ਦੀ ਆਵਾਜ਼ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਅੰਤਿਮ ਵਧਾਈ ਦੇਣ ਸਮਾਜ ਦਾ ਹਰ ਵਰਗ ਗੰਗਸਰ ਜੈਤੋ ਦੇ ਰਾਮਬਾਗ ਚ ਪਹੁੰਚਿਆ। ਸਾਹਿਤ ਦੇ ਖੇਤਰ ਤੋਂ ਲੈ ਕੇ ਸਿਆਸਤ ਦੀਆਂ ਵੱਡੀਆਂ ਹਸਤੀਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਪੋਤਿਆਂ ਨੇ ਅਗਨੀ ਦਿੱਤੀ, ਪੰਜਾਬ ਪੁਲਿਸ ਦੇ ਜਵਾਨਾਂ ਨੇ ਸਲਾਮੀ ਤੇ ਸਰਕਾਰੀ ਸਨਮਾਨਾਂ ਨਾਲ ਰੁਖਸਤ ਹੋ ਗਏ ਗਿਆਨਪੀਠ ਅਵਾਰਡੀ ਗੁਰਦਿਆਲ ਸਿੰਘ। ਸਾਥੀ ਸਾਹਿਤਕਾਰਾਂ ਨੇ ਮੰਗ ਕੀਤੀ ਕਿ ਪਦਮ ਸ਼੍ਰੀ ਸਨੇ ਅਨੇਕਾਂ ਹੀ ਸਨਮਾਨਾਂ ਨਾਲ ਨਵਾਜ਼ੇ ਇਸ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਜੈਤੋ ਚ ਯਾਦਗਾਰ ਸਥਾਪਿਤ ਕਰਨੀ ਚਾਹੀਦੀ ਹੈ, ਤਾਂ ਜੋ ਆਉਂਦੀ ਪੀੜ੍ਹੀ ਨੂੰ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸ਼ਖਸੀਅਤ ਬਾਰੇ ਜਾਣੂ ਕਰਵਾਇਆ ਜਾ ਸਕੇ। ਪ੍ਰੋਫੈਸਰ ਸਾਹਿਬ ਦੇ ਅਚਾਨਕ ਪਿਛਲੇ ਦਿਨਾਂ 'ਚ ਜਿਹੜੀ ਉਹਨਾਂ ਦੀ ਮੌਤ ਹੋਈ ਹੈ, ਮੈਂ ਸਮਝਦਾ ਵੀ ਇਹਦੇ ਨਾਲ ਸਮੁੱਚਾ ਜਿਹੜਾ ਪੰਜਾਬੀ ਸਾਹਿਤ ਜਗਤ ਹੈ ਉਹ ਉਦਾਸ ਹੈ, ਸੋਗ ਵਿੱਚ ਹੈ, ਕਿਉਂਕਿ ਉਸ ਤਰ੍ਹਾਂ ਦੇ ਲੇਖਕ ਪੈਦਾ ਹੋਣੇ ਸਦੀਆਂ ਬਾਅਦ ਹੀ ਹੁੰਦੇ ਨੇ। ਔਰ ਜਿਸ ਤਰ੍ਹਾਂ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਲਈ ਗੱਲ ਕੀਤੀ, ਪਹਿਲਾਂ ਕਿਸੇ ਨੇ ਪੰਜਾਬੀ ਵਿੱਚ ਇਸ ਤਰ੍ਹਾਂ ਕਿਸੇ ਲੇਖਕ ਨੇ ਵੀ ਗੱਲ ਨਹੀਂ ਕੀਤੀ ਸੀ। ਪ੍ਰੋਫੈਸਰ ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਦੱਬੇ ਕੁਚਲੇ ਲੋਕਾਂ ਦੀ ਜ਼ੁਬਾਨ ਬਣੇ। ਉਹਨਾਂ ਨੇ ਉਹਨਾਂ ਲੋਕਾਂ ਦੇ ਅਹਿਸਾਸਾਂ ਨੂੰ ਚਿਤਰਿਆ, ਉਹਨਾਂ ਦੀਆਂ ਉਮੰਗਾਂ ਅਤੇ ਘਾਟਾਂ ਦੀ ਆਵਾਜ਼ ਬਣੇ, ਜਿਨ੍ਹਾਂ ਬਾਰੇ ਪਹਿਲਾਂ ਪੰਜਾਬੀ ਵਿੱਚ ਕਦੇ ਕੁਝ ਨਹੀਂ ਸੀ ਲਿਖਿਆ ਗਿਆ। ਮਲਵਈ ਜ਼ੁਬਾਨ ਨੂੰ ਉਹਨਾਂ ਨੇ ਇੱਕ ਨਵੀਂ ਅਮੀਰੀ ਬਖਸ਼ੀ। ਨਾਵਲਿਸਟ ਨਾਵਲਕਾਰ ਸਾਰੀ ਦੁਨੀਆਂ 'ਤੇ ਹੋਣਗੇ ਨੇ, ਪਰ ਪੰਜਾਬੀ ਦੇ ਵਿੱਚ ਜੋ ਪ੍ਰੋਫੈਸਰ ਗੁਰਦਿਆਲ ਸਿੰਘ ਹੋਰਾਂ ਨੇ ਸੱਚੀ, ਸਹੀ ਔਰ ਡੂੰਘਾਈ ਨਾਲ ਗਰੀਬ ਔਰ ਦਰੜੇ ਹੋਏ ਤਬਕੇ ਦੀ ਜੋ ਗੱਲ ਕੀਤੀ ਹੈ, ਔਰ ਅੰਦਰੋਂ ਬੜੀ ਦਲੇਰੀ ਨਾਲ, ਕਿਸੇ ਨੇ ਹੋਰ ਨਹੀਂ ਕੀਤੀ। ਸਰਦਾਰ ਗੁਰਦਿਆਲ ਸਿੰਘ ਹੋਰਾਂ ਦੇ ਚਲੇ ਜਾਣ 'ਤੇ ਪੰਜਾਬੀ ਸਾਹਿਤ ਨੂੰ, ਪੰਜਾਬੀ ਸੱਭਿਆਚਾਰ ਨੂੰ, ਸਾਡੀ ਜ਼ੁਬਾਨ ਨੂੰ ਬਹੁਤ ਵੱਡਾ ਘਾਟਾ ਪਿਆ। ਮੈਂ ਸਮਝਦਾ ਕਿ ਉਹਨਾਂ ਵਰਗੇ ਲੇਖਕ ਜਿਸ ਢੰਗ ਨਾਲ, ਜਿਸ ਸ਼ਿੱਦਤ ਨਾਲ ਉਹਨਾਂ ਨੇ ਸਮਾਜ ਦੇ ਜਿਹੜੇ ਹੇਠਾਂ ਦੱਬੇ ਕੁਚਲੇ ਵਰਗ ਸੀ ਉਹਨਾਂ ਨੂੰ ਚਿਤਰਿਆ ਅਤੇ ਉਸ ਨੂੰ ਸਮੁੱਚੇ ਸਮਾਜ ਸਾਹਮਣੇ ਉਹਨਾਂ ਨੇ ਲਿਆਂਦਾ। ਪੰਜਾਬੀ ਮਾਂ ਦੇ ਲਾਡਲੇ ਅਤੇ ਸ਼ਾਨਾ ਮੱਤੇ ਲੇਖਕ ਪ੍ਰੋਫੈਸਰ ਗੁਰਦਿਆਲ ਸਿੰਘ, ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹਨਾਂ ਦੀ ਸਿਰਜਣਾ ਤੋਰ ਅੰਦਰੋਂ ਜੋ ਉਹਨਾਂ ਨੇ ਆਪ ਜ਼ਿੰਦਗੀ 'ਚ ਹੰਡਾਇਆ ਅਤੇ ਜਿਸ ਦੌਰ ਵਿੱਚ ਦੀ ਆਪ ਗੁਜ਼ਰੇ, ਜਿਸ ਹਾਲਾਤ ਵਿੱਚ ਦੀ, ਉਹ ਉਹਨੂੰ ਬਾਖੂਬੀ ਬਿਆਨਿਆ। ਸਰਦਾਰ ਗੁਰਦਿਆਲ ਸਿੰਘ ਨਾਵਲਿਸਟ ਨਾ ਕੇਵਲ ਪੰਜਾਬ ਦੇ, ਨਾ ਕੇਵਲ ਹਿੰਦੁਸਤਾਨ ਦੇ, ਸਗੋਂ ਦੁਨੀਆ ਭਰ ਦੇ ਦਬੇ ਕੁਚਲੇ ਲੋਕ, ਮਜ਼ਦੂਰ, ਕਿਸਾਨ ਅਤੇ ਜ਼ੁਲਮ ਜ਼ਬਰ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਲੋਕ ਨੇ ਜਿਹੜੇ, ਉਹਨਾਂ ਦੇ ਦਰਦਾਂ ਨੂੰ, ਉਹਨਾਂ ਦੀਆਂ ਪੀੜਾਂ ਨੂੰ, ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਆਪਣੀਆਂ ਲਿਖਤਾਂ ਵਿੱਚ ਉਹ ਅੰਕਿਤ ਕਰਦੇ ਰਹੇ ਨੇ। ਸੂਬਾ ਸਰਕਾਰ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਪ੍ਰੋਫੈਸਰ ਸਾਹਿਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਦੇ ਗੁਜ਼ਰ ਜਾਣ ਨਾਲ ਸਾਹਿਤ ਜਗਤ ਨੂੰ ਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਰਦਾਰ ਗੁਰਦਿਆਲ ਸਿੰਘ ਜੀ ਬਹੁਤ ਹੀ ਮਹਾਨ ਸ਼ਖਸੀਅਤ ਰਹੇ ਹਨ। ਉਹਨਾਂ ਨੇ ਆਪਣੀਆਂ ਬਹੁਤ ਹੀ ਕੀਮਤੀ ਰਚਨਾਵਾਂ ਰਚ ਕੇ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਉਹਨਾਂ ਨੇ ਜੋ ਉਹਨਾਂ ਦੀ ਇਹ ਦੇਣ ਹੈ ਉਹਦਾ ਕੋਈ ਜੋੜ ਨਹੀਂ ਹੈ। ਗੁਰਦਿਆਲ ਸਿੰਘ ਚਲੇ ਗਏ ਨੇ, ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ, ਪਰ ਇਹ ਯਕੀਨ ਹੈ ਮੜੀ ਦਾ ਦੀਵਾ, ਪਰਸਾ, ਪੋਹ ਫਟਾਲੇ ਤੋਂ ਪਹਿਲਾਂ ਅੰਨੇ ਕੋੜੇ ਦਾ ਦਾਨ ਸਨੇ ਜੋ ਵਿਰਾਸਤ ਪ੍ਰੋਫੈਸਰ ਸਾਹਿਬ ਸਮਾਜ ਨੂੰ ਦੇ ਕੇ ਨੇ ਉਹ ਸਦਾ ਅਮਰ ਰਹੇਗੀ।
ਦੱਬੇ ਕੁਚਲੇ ਅਤੇ ਗਰੀਬ ਵਰਗ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਆਪਣੇ ਨਾਵਲਾਂ ਦੇ ਰਾਹੀਂ ਉੱਪਰ ਚੁੱਕਣ ਵਾਲੇ ਗਿਆਨਪੀਠ ਵਿਜੇਤਾ ਗੁਰਦਿਆਲ ਸਿੰਘ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਲਿਖਤਾਂ ਆਉਣ ਵਾਲੀ ਪੀੜ੍ਹੀ ਨੂੰ ਹਮੇਸ਼ਾ ਸੇਧ ਦਿੰਦੀਆਂ ਰਹਿਣਗੀਆਂ। ਕੈਮਰਾਮੈਨ ਸੁਖਜਿੰਦਰ ਦੇ ਨਾਲ ਅਮਨਦੀਪ ਲੱਕੀ, PTC ਨਿਊਜ਼, ਫਰੀਦਕੋਟ।